ਜੀ ਰਾਣਾ ਸਾਹਿਬ ਦੱਸੋ ਜੀ ਮੈਂ ਕਹਿੰਦਾ ਸੁਭਾਨ ਅੱਲਾਹ ਅਲਹਮਦੁਲਿਲਾ ਵਾਹ 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 ਟੇਸਟ ਕਰੇ ਜੀ ਟੇਸਟ ਕਰਕੇ ਬਤਾਓ ਅੱਲਾਹ ਬਿਸਮਿਲਲਾ ਬਿਸਮਿਲਲਾ ਕਿਆ ਕਿਆ ਲੁਤਫ ਆਇਆ ਜੀ ਕਿਆ ਨਜ਼ਾਰੇ ਨੇ ਜੀ ਸੁਭਾਨ ਅੱਲਾਹ ਜੀ ਮੈਂ ਆਪਣੇ ਬ੍ਰਦਰ ਨੂੰ ਲਾ ਕੇ ਖਾਇਆ ਸੁਭਾਨ ਅੱਲਾਹ ਸੁਭਾਨ ਅੱਲਾਹ ਉਹਨਕੇ ਕਿਚਨ ਮੇ ਬਣਾ ਕੇ ਇਹ ਖਲਾਈ ਹੈ ਸੁਭਾਨ ਅੱਲਾਹ ਅਲਹਮਦੁਲਿਲਾ ਇਹ ਡਾਲੇ ਲਗੇ ਹੈ ਦੇਖੇ ਜੀ ਇਹ ਟੇਸਟ ਕਰੇ ਜੀ ਰਾਣਾ ਸਾਹਿਬ ਅਲਹਮਦੁਲਿਲਾ 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 ਇਹ ਟੇਸਟ ਕਰੇ ਸਰ ਆਪ ਟੇਸਟ ਕਰੇ ਜੀ ਟੇਸਟ ਕਰੇ ਅਲਹਮਦੁਲਿਲਾ ਅਲਹਮਦੁਲਿਲਾ ਇਹ ਖਾਲੀ ਚਮਚਾ ਇਧਰ ਇਹਦੇ ਵਿੱਚ ਪਾਣਾ ਵੀ ਹੈ ਤੁਸੀਂ ਟੇਸਟ ਕਰੋ ਜੀ ਰਾਣਾ ਸਾਹਿਬ ਟੇਸਟ ਕਰਕੇ ਦੱਸੋ ਅੱਲਾਹ ਸੁਭਾਨ ਅੱਲਾਹ ਵਾਹ 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 ਸੁਭਾਨ ਅੱਲਾਹ ਬਿਸਮਿਲਲਾਹ ਰਹਿਮਾਨ ਰਹਿਮ ਰਾਣੇ ਸਿਖਾਣ ਕੀ ਬੜੇ ਮੈਂ ਕਹਿੰਦਾ ਜੀ ਸੁਭਾਨ ਅੱਲਾਹ ਕੀ ਨਜ਼ਾਰਾ ਹੈ ਜੀ ਆ ਹਾ 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 ਕਿਆ ਬਾਤ ਹੈ ਜੀ ਨੂਰ ਵਾਲੇ ਨੂਰ ਵਾਲੇ ਨੂਰ ਵਾਲੇ ਸੁਭਾਨ ਅੱਲਾਹ ਕੀ ਲੰਗਰ ਪੱਕਾ ਜੀ ਸਰ ਨਾਲ ਦਾ ਲੰਗਰ ਨਹੀਂ ਪੱਕ ਸਕਦਾ ਜੀ ਮਿਲਤੇ ਹੈ ਅਗਲੀ ਵੀਲੌਗ ਮੇ ਬਹੁਤ ਮਿਹਰਬਾਨੀ ਸ਼ੁਕਰੀਆ ਮੇਰੇ ਚੈਨਲ ਕੋ ਸਬਸਕ੍ਰਾਈਬ ਕਰ ਦੀਜੀਏਗਾ ਲਾਈਕ ਕਰ ਦੀਜੀਏਗਾ ਔਰ ਸ਼ੇਅਰ ਕਰ ਦੀਜੀਏਗਾ ਬਹੁਤ ਸ਼ੁਕਰੀਆ ਜੀ ਮਿਲਤੇ ਹੈ ਅਗਲੀ ਵੀਡੀਓ ਮੇ ਖੁਦਾ ਹਾਫਿਜ਼ ਜੀ